Hello guys, here's Safimo. السلام عليكم. ਕਮੈਂਟ ਕਰੇ।
ਤੁਹਾਨੂੰ ਪਤਾ ਲੱਗੇ ਯਾਰ ਯਾਰ ਦੱਸੋ ਯਾਰ ਦੱਸੋ ਕੋਈ ਸਵਾਲ ਪੁੱਛੋ ਲਾਲਾ ਵੀਰ ਵਿੱਚ ਹਾਜ਼ਰੇ ਸੁੱਤੇ ਨਾਲ ਉਹ ਲਾਲਾ ਵੀਰ ਬਹੁਤ ਜ਼ਿਆਦਾ ਮੁਸ਼ਕਲਾਂ ਕੱਟ ਗਏ ਤੇ ਇੱਥੇ ਨਹੀਂ ਪਹੁੰਚਿਆ ਹੋਰ ਆਪਾਂ ਇਨਸ਼ਾਅੱਲਾ ਸੈਟ ਆ ਬਹੁਤ ਐਕਸਪੀਰੀਅੰਸ ਹੋ ਗਿਆ 12 ਸਾਲ ਦਾ ਮਲੇਸ਼ੀਆ ਚ ਰਿਹਾ 1 ਸਾਲ ਜੇਲ੍ਹ ਚ ਰਿਹਾ 13 ਸਾਲ ਦਾ ਐਕਸਪੀਰੀਅੰਸ ਹੋ ਗਿਆ ਛੋਟੀ ਉਮਰ ਚ ਲਾਲਾ ਇੰਨਾ ਛੋਟੀ ਉਮਰ ਚ ਏਟੀਆਂ ਲਾਈਆਂ ਨੇ ਲਾਲਾ ਵੀਰ ਦੱਸੋ ਕੀ ਕਹਿਣਾ ਚਾਹੋਗੇ ਕੀ ਬਣਿਆ ਸੀਗਾ ਲਾਲਾ ਕਿਹੜੀ ਕਿਹੜੀ ਕੰਪਨੀ ਚ ਗਿਆ ਯਾਰ ਹੈ ਕਿਹੜੀ ਕਿਹੜੀ ਕੰਪਨੀ ਦਾ ਵਿੱਚ ਕੀਤਾ ਹੈਗੀ ਇੱਕ ਨਾ ਮੈਂ ਜਦੋਂ ਤਕਰੀਬਨ 10 ਕੁ ਸਾਲ ਦਾ ਸੀ ਉਦੋਂ ਲਾਲਾ ਜੀ ਮਿਹਨਤ ਮਜ਼ਦੂਰੀਆਂ ਚੰਗੇ ਬਣੇ ਕਾਰੋਬਾਰ ਲਾਲਾ ਯਾਰ ਸਾਰੇ ਕੋਈ ਆਪਣੇ ਵੀਰ ਦੇ ਦੇ ਹੋਣੇ ਵੀ ਕਿਸੇ ਮਰਾਫਤਾਂ ਨੂੰ ਛੱਡਾ ਲਾਇਆ ਯਾਰ ਲਾਲਾ ਨੂੰ ਤਾਂ 10 ਮਰਾਫਤਾਂ ਦਾ ਵੀ ਇੱਥੇ ਬੈਠੇ ਚਾਰੇ ਮਰਾਫਤਾਂ ਦੇ ਸਪੋਰਟਰ ਨੇ ਯਾਰ ਆ ਬੰਦੇ ਜਿਹੜੇ ਵੀ ਚਾਰ ਬੈਠੇ ਨਾ ਆਪਣੇ ਯਾਰ ਮਰਾਫਤਾਂ ਨੂੰ ਛੱਡ ਤੂੰ ਇਹ ਚਲੋ ਬਾਅਦ ਚ ਕਰਾਂਗੇ ਆਪਾਂ ਟੋਪੀ ਕੇ ਲਾਲਾ ਮਲੇਸ਼ੀਆ ਉੱਥੇ ਗੱਡੀ ਨੂੰ ਕਰ ਕੀ ਹੋਇਆ ਤੂੰ ਅਸੀਂ ਕੁਝ ਨਹੀਂ ਬੋਲਣ ਤੋਂ ਆਪ ਨੂੰ ਆਉਣਾ ਥੋੜਾ 10 ਸਾਲ ਨੂੰ ਯਾਰ ਤੁਸੀਂ ਜਾਣਾ ਕੀ ਕਰ ਯਾਰ ਮਲੇਸ਼ੀਆ ਹੁਣ ਤੁਸੀਂ ਜਾਣਾ ਭਾਈ ਵੀਜ਼ਾ ਵੀਜ਼ਾ ਆਪਣਾ ਚੈੱਕ ਚੁੱਕ ਕਰਾ ਕੇ ਇੱਥੇ ਦੱਸਦੇ ਕੁਝ ਨਹੀਂ ਕਰਾਉਂਦੇ ਉੱਥੇ ਤੱਕ ਨੇ ਲਾਲਾ ਤੇ ਤਰਾਂ ਮੇਰਾ ਹੈ ਬੜੇ ਬੜੇ ਭਾਈ ਦੁੱਖ ਤਕਲੀਫਾਂ ਕੱਟੀਆਂ ਨੇ ਪਰ ਲਾਲਾ ਵੀਰ ਦੀ ਅਗਰ ਮਿਹਨਤ ਤਰਾਸੀ ਬੰਦੇ ਵੇਖ ਕੋਈ ਕਮੈਂਟ ਸੈਂਡ ਕਰੋ ਯਾਰ ਨੱਬੇ ਹੋ ਗਏ ਜੇਲ੍ਹ ਦੇ ਵਿੱਚ ਭਾਈ ਬੜਾ ਕੁਛ ਹੁੰਦਾ ਅਗਲੇ ਰੋਟੀ ਨਹੀਂ ਦਿੰਦੇ ਪਾਣੀ ਖੋਲੀ ਪਰਵੱਟੇ ਮੁੰਡੇ ਦੇ ਦੇ ਮੁੱਛ ਦਾੜੀ ਮੁੰਡੇ ਦੇ ਦੇ ਦੱਸੋ ਯਾਰ ਕਿੱਧਰ ਗਏ ਉਹ ਬੰਦੇ ਯਾਰ ਆ ਮੇਰੇ ਨਾਲ ਦੇ ਮੇਰੀ ਕਹਾਣੀ ਸੁਣ ਕੇ ਹੱਸਦੇ ਪਏ ਇਹਨਾਂ ਨੂੰ ਕੀ ਪਤਾ ਯਾਰ ਲਾਲਾ ਇੱਕ ਘਰ ਚਲਾ ਰਿਹਾ ਜਿੱਦਾਂ ਚਲਾ ਰਿਹਾ ਇਹ ਨਹੀਂ ਚਲਾ ਰਿਹਾ ਯਾਰ ਥੱਲੇ ਉਹ ਕਮੈਂਟ ਕਰੇ ਅਸਲਾਮ ਅਲੈਕਮ ਕੀਤਾ ਯਾਰ ਥੱਲੇ ਭਾਈ ਕਮੈਂਟ ਯਾਰ ਕਰੇ ਯਾਰ ਦੱਸੋ ਯਾਰ ਕਿਹੜਾ ਕਿਹੜਾ ਬੰਦਾ ਦੇਖ ਰਿਹਾ ਯਾਰ ਸਾਨੂੰ ਥੱਲੇ ਭਾਈ ਕਮੈਂਟ ਕਰੋ ਯਾਰ ਕਮੈਂਟ ਸੈਕਸ਼ਨ ਜਾਓ ਆ ਕੋ ਥੱਲੇ ਕਿਸੇ ਭਾਈ ਦਾ ਕਮੈਂਟ ਆਇਆ ਲਾਲਾ ਵੀਰ ਪੜ ਕੇ ਦੱਸੋ ਯਾਰ ਯਾਰ ਅਸਲਾਮ ਅਲੈਕਮ ਨਹੀਂ ਨਹੀਂ ਉਹ ਯਾਰ ਥੱਲੇ ਕਮੈਂਟ ਆਇਆ ਯਾਰ ਲਾਲਾ ਵੀਰ ਅਸਲ ਮੁਰਤਜ਼ਾ ਅਸਲ ਮੁਰਤਜ਼ਾ ਠੀਕ ਹੋ ਗਿਆ ਹਾਂ ਜੀ ਦੱਸੋ ਯਾਰ ਦੱਸੋ ਭਾਈ ਦੱਸੋ ਯਾਰ ਲਾਲਾ ਬੈਠਾ ਤੁਹਾਡੀ ਖਿਦਮਤ ਦੇ ਵਿੱਚ ਹੁਕਮ ਕਰੋ ਯਾਰ ਹੁਕਮ ਇੱਕ ਵਗਦ ਇੱਕ ਨਾ ਕੋਈ ਕਰਲਾ ਕੀ ਕੰਮ ਹੀ ਕਰੀ ਦਾ ਉੱਥੇ ਕੀ ਕਰਨਾ ਮੈਂ ਤੇ ਯਾਰ ਉੱਥੇ ਹੋਟਲ ਤੇ ਸੀ ਆਰਡਰ ਸ਼ਾਰਡਰ ਲੈਦੇ ਸੀ ਆਰਡਰ ਵਾਲਾ ਕੰਮ ਸੀ ਇਨਸ਼ਾਅੱਲਾ ਹੁਣ ਲਾਲਾ ਨੇ ਤਰੱਕੀ ਕੀਤੀ ਹੈ ਆਪਣਾ ਵੀ ਕੁਝ ਸ਼ੁਕਰ ਹੈ ਲਾਲਾ ਯਾਰ ਤੇਰੀ ਸਿਹਤ ਬੜੀ ਮਾੜੀ ਹੋਈ ਹੈ ਤੂੰ ਗਿਆ ਸੀ ਤੂੰ ਬਹੁਤ ਮੋਟਾ ਸੀ ਸਪੂਨ ਯਾਰ ਬਸ ਯਾਰ ਉੱਥੇ ਜਦੋਂ ਜੇਲ੍ਹ ਦੇ ਵਿੱਚ 1 ਸਾਲ ਰਹੇ ਨਾ ਕੁੱਟ ਕੁੱਟ ਉਹਨਾਂ ਨੇ ਭੁੱਖਾ ਮਾਰਦਾ ਸ਼ਾਨ ਭੁੱਖੇ ਪਿਆਸੇ ਸਾਲ ਤੋਂ ਬਾਅਦ ਜਦੋਂ ਜੇਲ੍ਹ ਤੋਂ ਨਿਕਲੇ ਤੂੰ ਵੀ ਬੰਦਾ ਨਹੀਂ ਪਛਾਣਦਾ ਜੀ ਇਹ ਤੂੰ ਵੀ ਅਸਲ ਭਾਈ ਅਸਲ ਭਾਈ ਤਕਲੀਫਾਂ ਕੱਟੀਆਂ ਨੇ ਲਾਲੇ ਨੇ ਭੁੱਖ ਕੱਟੀ ਹੈ ਭਾਈ ਉੱਥੇ ਯਾਰ ਭਾਈ ਲਾਈਕ ਕਰੋ ਦੱਸਣਗੇ
ਥੋੜੇ ਜਿਹੇ ਹੈ ਨੇ ਕੈਮਰੇ ਦੇ ਸਾਹਮਣੇ ਨਹੀਂ ਆਉਂਦੇ ਪਰ ਇਹਨਾਂ ਪਰ ਲਾਦੇ ਤਾਂ ਮੇਰੇ ਯਾਰ ਸੁਣਤਿਆ ਦੇ ਸੀ ਕਿ ਲਾਲਾ ਯਾਰ ਆ ਬਾਰੇ ਦਾ ਵੀ ਸੈਟ ਕਰਾ ਸਾ ਕੋਈ ਸੀਰੀਅਸ ਕੁਝ ਕਰੋਗੇ ਲਾਲੇ ਨੇ ਬਹੁਤ ਦੁੱਖ ਤਕਲੀਫਾਂ ਕੱਟੀਆਂ ਨੇ ਮੈਂ ਤਕਰੀਬਨ ਲਾਲਾ ਮੀਰਾ ਮਨ ਛੁੱਟੇ ਹੋਏ ਦਾ ਜਾਣਦਾ ਮੈਨੂੰ ਤਾਂ ਦਿਲਵਾ ਲੋ ਇਹ ਤਕਰੀਬਨ 8 ਸਾਲ ਦਾ ਸੀਗਾ ਜਦੋਂ ਤੁਰਕੀ ਚਲਾ ਗਿਆ ਸੀਗਾ ਡੱਕੀ ਕਾਰਡ ਵਾਸਤੇ ਤੁਰਕੀ ਦੇ ਵਿੱਚ ਇਹਨੇ ਧੱਕੇ ਛੱਕੇ ਖਾਧੇ ਉੱਥੇ ਪੁਲਿਸ ਨੇ ਫੜਿਆ ਉੱਥੋਂ ਉਹਨਾਂ ਨੂੰ ਕੁੱਟ ਕੇ ਵਾਪਸ ਚਲੇ ਵਰਲਡ ਟਰੈਵਲ ਮਲੇਸ਼ੀਆ ਕਦੀ ਨਹੀਂ ਜਾਣਾ ਜੀ ਬਾਈ ਯਾਰ ਮਜਬੂਰੀਆਂ ਲੈ ਕੇ ਜਾਂਦੀਆਂ ਕਿਸੇ ਦਾ ਸ਼ੌਕ ਨਹੀਂ ਹੁੰਦਾ ਲਾਲਾ ਮੀਰ ਦੱਸੋ ਹਾਂਜੀ ਮਜਬੂਰੀਆਂ ਯਾਰ ਲੈ ਕੇ ਜਾਂਦੀਆਂ ਮਲੇਸ਼ੀਆ ਲਾਲਾ ਮੀਰ ਕੋਈ ਸ਼ੌਕ ਨਾਲ ਨਹੀਂ ਸੀ ਗਿਆ ਤੇ ਲਾਲਾ ਮੀਰ ਫਿਰ ਇੱਕ ਵਾਰੀ ਜਾ ਰਹੇ ਨੇ ਤੇ ਯਾਰ ਬਾਕੀ ਅੱਲਾ ਕਰੇ ਕਰਮ ਕਰੇ ਸਾਰਿਆਂ ਨੂੰ ਮਤਲਬ ਕਿ ਕੁਲਾਪਾ ਘੜੋਤੀ ਦੇਵੇ ਤੇ ਲਾਲਾ ਮੀਰ ਮਲੇਸ਼ੀਆ ਫਿਰ ਪਹਿਲਾਂ ਤੁਰਕੀ ਦੇ ਵਿੱਚ ਦੋ ਵਾਰੀ ਬਾਰਡਰ ਤੇ ਫੜਿਆ ਗਿਆ ਵਾਪਸ ਉਹਨਾਂ ਨੇ ਫੋਟਿਆ ਆਰਮੀ ਨੇ ਤੇ ਭੇਜ ਤਾ ਚਣਾ ਕਿਹਨਾਂ ਨੇ ਮਾਰੀਆਂ ਨਾਲੇ ਦੇ ਫਿਰ ਲਾਲਾ ਦੋ ਚਾਰ ਵਾਰ ਟਰਾਈ ਕੀਤੀ ਡੰਕੀ ਨਹੀਂ ਲੱਗੀ ਮਜਬੂਰੀ ਸੀ ਭਾਈ ਫਿਰ ਪੈਸਾ ਲਾਲੇ ਕੋਲ ਰਹਿ ਗਿਆ ਜਿੰਨਾ ਕੋਲ ਲਾਲੇ ਨੇ ਇਨਵੈਸਟ ਕੀਤਾ ਮਲੇਸ਼ੀਆ ਚਲਾ ਗਿਆ ਮਲੇਸ਼ੀਆ ਚੋਂ ਧੱਕੇ ਛੱਕੇ ਖਾਧੇ ਲਾਲੇ ਨੇ ਤੇ ਹੁਣ ਫਿਰ ਤੁਹਾਡੇ ਸਾਹਮਣੇ ਬੈਠਾ ਵਰਲਡ ਟਰੈਵਲ ਬਾਈ ਅੱਲਾ ਕਾਮਯਾਬ ਕਰੇ ਦੋ ਜੀ ਬਿਲਕੁਲ ਬਾਈ ਜਾਨ ਬਾਕੀ ਲਾਲਾ ਦੁਬਾਰਾ ਜਾ ਰਿਹਾ 19 ਤਰੀਕ ਨੂੰ ਵਰਲਡ ਟਰੈਵਲ ਬਾਈ ਲਾਲਾ ਮੀਰ ਵਾਸਤੇ ਦੁਆ ਕਰਨੀ ਸਾਡੀ ਜਵਾਨੀ ਸਾਡੀ ਸਾਡਾ ਜਿਗਰ ਹੈ ਲਾਲਾ ਮੀਰ ਕੋਲ ਲਾਈ ਯਾਰ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਬਾਕੀ ਯਾਰ ਲਾਲਾ ਮੀਰ ਦਾ ਜੋ ਹੋਇਆ ਉੱਥੇ ਲਾਲਾ ਮੀਰ ਸਾਹ ਜਿਹੜਾ ਜ਼ਲੀਲ ਹੋਏ ਧੱਕੇ ਖਾਧੇ ਲੋਕਾਂ ਕੋਲ ਉੱਥੇ ਯਾਰ ਲਾਲਾ ਮੀਰ ਦਾ ਆਪਣਿਆਂ ਨੇ ਸਾਥ ਛੱਡਣਾ ਹੈ ਨਾ ਲਾਲਾ ਜੀ ਨੇ ਭੁੱਖਾ ਪਿਆਸਾ ਪਾਣੀ ਰੋਟੀ ਹਰ ਸ਼ਾਇਦ ਤੰਗ ਲਾਲਾ ਮੀਰ ਅਬਦੁੱਲਾ ਬਾਈ ਮਾਰਾ ਇੱਕ ਵਾਰੀ ਆਪਣੀ ਸਾਈਡ ਤੇ ਰੱਖ ਤੇ ਲਾਲੀ ਨਹੀਂ ਬਚੇਗੀ ਭੈਣ ਪੇਸ਼ਕਸ਼ ਤੇ ਬਾਕੀ ਯਾਰ ਕੀ ਕਹਿ ਸਕਦੇ ਹਾਂ ਯਾਰ ਪੂਰਾ ਸਾਲ ਜੇਲ ਦੀ ਰੋਟੀ ਖਾ ਕੇ ਆਇਆ ਮਲੇਸ਼ੀਆ ਦੇ ਵਿੱਚ ਜਿਵੇਂ ਦੀ ਜੇਲ ਹੁੰਦੀ ਆ ਕੀ ਬੰਦੇ ਨਾਲ ਕੰਪਰੋਮਾਈਜ਼ ਕਰਦੇ ਲਾਲਾ ਮੀਰ ਨੇ ਜੇ ਕਿਹਾ ਤਾਂ ਮੁੱਛਾਂ ਲਾ ਦਿੰਦੇ ਬੰਦੇ ਦੀ ਦਾੜੀ ਲਾ ਦਿੰਦੇ ਆ ਬੰਦੇ ਨੂੰ ਸਿਰ ਤੋਂ ਗੰਜਾ ਕਰ ਦਿੰਦੇ ਆ ਲਾਲਾ ਕੁਝ ਜ਼ਿਆਦਾ ਗੱਪ ਤੇ ਨਹੀਂ ਸੁਣਾ ਗਿਆ ਤੁਹਾਨੂੰ ਲਾਲਾ ਹੀ ਆ ਕੇ ਦੱਸੇਗਾ ਬਾਕੀ 12 ਰਹਿ ਗਿਆ ਤੁਹਾਡੀ ਹਿੰਮਤ ਸਭ ਵੇਖੀ ਜਾ ਰਹੇ ਹੋ ਸ਼ੁਕਰੀਆ ਭਾਈਆਂ ਲਾਲਾ ਮੀਰ ਆਉਂਦੇ ਆ 2-4 ਮਿੰਟ ਫਰੋਮ ਪਾਕਿਸਤਾਨ ਲਿਵਿੰਗ ਬਾਈ ਓਕੇ ਓਕੇ ਯਾਰ ਅੱਲਾ ਪਾਕ ਤੁਹਾਨੂੰ ਵੀ ਵਰਲਡ ਟਰੈਵਲ ਬਾਈ ਕਾਮਯਾਬ ਕਰੇ ਅਸੀਂ ਵੀ ਪਾਕਿਸਤਾਨ ਦੇ ਵਿੱਚ ਹੀ ਹਾਂ ਫਿਲਹਾਲ ਪਾਕਿਸਤਾਨ 'ਚ ਹੀ ਆ ਲਾਲਾ ਮੀਰ ਮੇਰੇ ਦੁਬਈ ਦਾ ਵੀਜ਼ਾ ਲਵਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਦੁਬਈ ਦਾ ਵੀਜ਼ਾ ਫਿਰ ਬੰਦ ਹੋਏ ਨੇ ਤੇ ਦੁਬਈ ਦਾ ਵੀਜ਼ਾ ਨਹੀਂ ਲੱਗਾ ਤਾਂ ਲਾਲਾ ਫਿਰ ਮਲੇਸ਼ੀਆ ਜਾਏਗਾ ਇੱਕ ਵਾਰੀ ਮੈਂ ਮਲੇਸ਼ੀਆ ਗਿਆ ਥਾ ਘੁੰਮਣੇ ਦੇਖੋ ਕਿ ਦਿਲ ਭਰ ਗਿਆ ਦੇਖ ਕੇ ਦਿਲ ਭਰ ਗਿਆ ਅੱਛਾ ਇਹ ਤਾਂ ਹੁਣ ਲਾਲਾ ਹੀ ਤੁਹਾਨੂੰ ਦੱਸ ਸਕਦਾ ਲਾਲਾ ਤਾਂ ਬੜੀਆਂ ਤਰੀਫਾਂ ਕਰਦਾ ਮਲੇਸ਼ੀਆ ਦੀਆਂ ਕਿ ਮਲੇਸ਼ੀਆ ਐਵੇਂ ਮਲੇਸ਼ੀਆ ਦੇ ਵਿੱਚ ਇੰਨੀਆਂ ਕੱਛੇ ਪਾਏ ਹੁੰਦੇ ਨੇ ਤੇ ਤਸਵੀਰਾਂ ਸੈਂਡ ਕਰਦਾ ਸਾਨੂੰ ਕਿ ਮਲੇਸ਼ੀਆ ਬਹੁਤ ਅੱਛਾ ਹੈ ਬਾਕੀ ਮਾਸਟਰ ਇੰਡੈਕਸ ਹਸਨ ਭਾਈ ਨੇ ਕਹਿੰਦਾ ਬਾਈ ਲਾਲਾ ਕਿੱਧਰ ਗਿਆ ਲਾਲਾ ਵਾਸ਼ਰੂਮ ਗਿਆ ਜੀ ਫਿਰ ਲਾਲੇ ਨੂੰ ਵਾਸ਼ਰੂਮ ਜ਼ੋਰ ਪੈ ਗਿਆ ਸੀ ਲਾਲਾ ਵਾਸ਼ਰੂਮ ਨਿਕਲ ਗਿਆ ਲਾਲਾ ਮੀਰ ਇੱਕ ਬੰਦਾ ਯਾਰ ਵਰਲਡ ਟਰੈਵਲ ਹੋ ਕਹਿੰਦਾ ਮੈਂ ਮਲੇਸ਼ੀਆ ਗਿਆ ਸੀ ਮੇਰਾ ਤਾਂ ਦਿਲ ਭਰ ਗਿਆ ਵੇਖ ਕੇ ਕਿ ਮੈਂ ਦੁਬਈ ਆ ਗਿਆ ਵਾਸ਼ਰੂਮ ਉਹ ਕੀ ਕਰਾਂ ਜਾਈਂ ਥਾਈਲੈਂਡ ਮੈਂ ਬਹੁਤ ਮਜ਼ਾ ਆ ਥਾਈਲੈਂਡ ਦੇ ਵਿੱਚ ਭਾਈ ਇਹਨੂੰ ਵਾਕਈ ਮਜ਼ਾ ਆ ਗਿਆ ਉੱਥੇ ਥਾਈਲੈਂਡ ਲਾਲਾ ਫਿਲਪੀਨੀ ਕੁੜੀਆਂ ਥਾਈਲੈਂਡ ਦੀਆਂ ਕੁੜੀਆਂ ਬਾਕੀ ਯਾਰ ਥਾਈਲੈਂਡ ਦਾ ਵੀਜ਼ਾ ਲਾਲਾ ਲਵਾਏਗਾ ਲਾਲਾ ਲੈਣਾ ਹੈ ਨਾਲ ਹੀ ਹੈ ਯਾਰ ਬਟ ਅੱਛਾ ਥਾਈਲੈਂਡ ਲਾਲਾ ਵੀ ਜਾਏਗਾ ਥਾਈਲੈਂਡ ਵੀ ਜਾਏਗਾ ਇਨਸ਼ਾਅੱਲਾ ਅੱਛਾ ਇੱਥੇ ਉਹ ਨਾ ਦੁਬਲਾਈ ਚੱਲਦੀ ਪਈ ਮੇਰੀ ਉਹ ਚੋਲਾ ਵਾ ਜਿਹਨੇ ਤੇ ਮੈਂ ਇੱਥੇ ਸਾਹਮਣੇ ਬੈ ਪੰਜ ਵੀ ਹੋ ਰਹਿ ਗਏ ਉਹਦੀ ਵੀ ਹਿੰਮਤ ਜਿਹੜੀ ਭਾਈ ਬਹੁਤ ਬਹੁਤ ਖੂਬਸੂਰਤ ਹੈ ਬੀਚ ਬਹੁਤ ਖੂਬਸੂਰਤ ਹੈ ਕੀ ਕਰਾਂ ਬੀਚ ਵਾਕਈ ਖੂਬਸੂਰਤ ਕੁੜੀਆਂ ਹੁੰਦੀਆਂ ਨਾ ਉੱਥੇ ਬਾਬਾ ਲਾਲਾ ਇਹ ਚਲਾ ਨਹੀਂ ਕਰ ਸਕਦੇ ਅੱਛਾ ਭਾਈ ਲਾਲਾ ਮੀਰ ਕੀ ਮਲੇਸ਼ੀਆ ਦੇ ਵੇਖਿਆ ਆ ਕਹਿਣਾ ਮੇਰਾ ਮਲੇਸ਼ੀਆ ਦਿਲ ਭਰ ਗਿਆ ਸੀ ਮਲੇਸ਼ੀਆ ਦੇ ਕੁਝ ਹਾਲ ਦੱਸਣਾ ਚਾਹੁੰਦਾ ਇੱਧਰ ਆ ਬਿੰਨੀ ਤੋਂ ਦੁਬਈ ਮੇ ਵੀ ਆ ਜੀ ਭਾਈ ਯਾਰ ਹੈਗੀਆਂ ਨੇ ਦੁਬਈ ਦੇ ਵਿੱਚ ਨਹੀਂ ਵੈਸੇ ਮਲੇਸ਼ੀਆ ਦੇ ਜਿਹੜੀਆਂ ਕੁੜੀਆਂ ਛੜੀਆਂ ਵੇਖੀਆਂ ਉਹਨਾਂ ਦੇ ਬਾਰੇ ਕੁਝ ਦੱਸਣਾ ਮਲੇਸ਼ੀਆ ਕੁੜੀਆਂ ਚੀਨੀਆਂ ਸਾਰੀ ਮਿਕਸ ਹੈ ਨਹੀਂ ਖੂਬਸੂਰਤ ਹੁੰਦੀਆਂ ਨੇ ਪਿਆਰੀਆਂ ਹੁੰਦੀਆਂ ਨੇ ਪਿਆਰੀਆਂ ਹੁੰਦੀਆਂ ਬਹੁਤ ਖੂਬਸੂਰਤ ਹੁੰਦੀਆਂ ਲਾਲਾ ਨੇ ਸਾਡਾ ਹੁਸਲੇ ਯਾਰ ਲਾਲਾ ਮੀਰ ਕਿਵੇਂ ਦੇ ਕੱਪੜੇ ਦੀ ਬਾਸ ਪਾਇਆ ਹੁੰਦਾ ਕਿਆ ਲਬਾਸ ਯਾਰ ਤੇ ਮੈਂ ਸਕਾਫ ਚਲਿਆ ਹੁੰਦਾ ਥੱਲੇ ਪੈਂਟ ਸ਼ਰਟ ਹੁੰਦੀ ਯਾਰ ਤੇ ਟੀ ਸ਼ਰਟ ਪਾਈ ਹੋਈ ਹੈ ਜਿਵੇਂ ਤੁਸੀਂ ਪਾਈ ਹੋਈ
میں فلپین گیا تھا وہاں بہت خوبصورت ہے فلپینی فلپینی وہاں کی خوبصورت دے لالا نے لالا بھی ساڈا دو نمبر بھی بول رہے ہیں لالا میر جو جو تاڈے نال ہویا کچھ بات واقعات دسنا چاہو جڑا ترکی دے بارڈر تے جدو آرمی نے پڑھیا سی تے واپس بھیجیا تین واری ترکی نال دے او وی دسنا چاہو تے لالا کہتا ہے یار کچھ رات رات ہی رہن دے تے ہور میں دسنا چاہتا لالا پھر بھی یار کچھ بولنا چاہ بول سکدا ہے جے اپنی دو بچ گیا نا لالا میر ملیشیا تو آ گیا پر ملیشیا پوجیا بہت تعریف بہت کرتا ملیشیا دو بندے رہ گئے باقی اور لگا نہیں سب سینے لگا بات کر رہے ہیں اور ترکی کے بارڈر تے جڑا سین ہو رہا ہوں دس بھائی یار گفٹنگ کرو یار گفٹنگ کرو ترکی کے بارڈر تے لانے کیا ہم لے جے ترکی کے بارڈر بول گیا جڑا دو واری ڈچی دا میں پڑیا گیا سی ہاں دبئی میں زیادہ مزہ ہے ملیشیا سے آ جاؤ ٹھیک ہے انشاءاللہ لالا میر آئے گا یار ویزا نہیں لگ رہا میرے نال نہیں تے لالا تے تیار بیٹھا ہے کیوں لالا جی ویزا لو آ دے تو ہی لو آ رہے کیوں لالا چلو مار دو یار خدا دی قسم ایک بندہ رہ گیا وہ بھی پتا نہیں ویزا ہے بہت مل رہے ہیں دبئی میں لالا ویزے ملتے پے ہیں یار بھائی بند ہو گئے نے تین مہینے سے بند ہو گئے نے ویزے وہ صرف بندے آئے ہاں ویزے ملتے صحیح گل ہے ایک بندہ رہ گیا چلو یہ نا بارہویں ملیشیا جائے گا لالا لالا بچیا رن دے دبئی تو کہہ رہے ہو ایکسپائر مار دے دبئی پہلے بچے کا انتظام کرو کیوں لگا پھر لال سوچے گا یہ میرے لال دیا ملیشیا یار تیرا کی لوڑا ہے اگر تو ملیشیا جانا ہے وہ ٹریول کارٹون تیرے لیے جلدی آ جائے چلو اب اوپر ہو گیا چلو یہ جڑ جان یار کوئی تھوڑے بہت بندے جڑ جان تے لال امنی رب نے جڑی سٹوری ہے وہ فون بیگ سنان گے لالا میر اوتھے کھان پین دے وچ کی لبدا ملیشیا دے وچ کھان پین دے وچ یعنی کی او چینی دا کھانا وی ہے روڈ صاف پر وی او وی کھانے دے وچ سب تو ای کھاندا رہیا اوتھے لگ جے میں دکھا دے نہیں اُبلے ہوئے چاول کو کھاندے نہیں بھائی اچھا یہ اُبلے ہوئے چاول تے لال دا گوشت وغیرہ گوشت دی جیل دے وچ گوشت کیتھوں لے جیل چ لالا میر نو گوشت وی نہیں دتا سارے روٹی جاتی ہے کیتھے انہاں نے تے ہور لالا جی باقی ਕੀ ਸੀਨ ਸੀ ਯਾ ਮਤਲਬ ਕਿ ਉੱਥੇ ਜਿਹੜਾ ਚੇਅਰ ਦੇ ਵਿੱਚ ਔਰਤਾਂ ਦੇ ਔਰਤਾਂ ਨਾਲ ਹੀ ਜਾਂ ਲੱਗ ਰਹਾ ਤਾਂ ਹੁੰਦੇ ਨੇ ਔਰਤਾਂ ਦਾ ਲੱਗਦਾ ਵਾ ਮਰਦਾਂ ਦਾ ਲੱਗਦਾ ਹੁੰਦਾ ਹਾਂ ਔਰਤਾਂ ਦਾ ਲੱਗਦਾ ਮਰਦਾਂ ਦਾ ਮਲੇਸ਼ੀਆ ਵਿੱਚ ਖੁਸਰੇ ਬਹੁਤ ਹੈ ਖੁਸਰੇ ਤਾਂ ਵਾਕਈ ਹੈ ਬਹੁਤ ਖੁਸਰੇ ਉਹ ਨਾਲ ਹੀ ਨਸਮੇ ਦੇ ਸਾਰੇ ਕੀ ਕਰਦੇ ਇੱਥੇ ਸਾਹਮਣੇ ਦੇਖ ਰਹਾ ਮੁੰਡੇ ਵੀ ਉੱਥੇ ਤੈਰਦੇ ਛੋਟੇ ਖੁਸਰੇ ਬੜਦੇ ਅੱਛਾ ਹੁਣ ਸੁਖੀ ਰਿਪੋਰਟ ਨਾਲ میں گل بات کر
کی کھانا شاپیا ملیشیا میں کچھ رہے بہت ہے ویلکم یار جڑے جڑے آئے نا لالا لالا منیت چھوٹی دس رہے نے اپنی جڑی دو تین سال جیل کٹی انہوں نے ملیشیا ملیشیا زلیل ہوئے تو اج لالا منیر کا اپنا کاروبار ہے الحمد للہ تھوڑے دن ویلے لالا منیر کی گھر چوری ہوئی ہے تقریباً 10-15 lakh روپیہ چوری ہوا لالا منیر نے کوئی پتا نہیں لالا منیر نے ماشاء اللہ کی ترقی کی ہے سنگاپور کی ڈنکی لگا لینا لالا جی لالا جی سنگاپور کی ڈنکی وہ کہہ رہے سنگاپور کی ڈنکی لگا لینا سنگاپور کا بھائی بارڈر ہے ہولی ہولی محنت نام ہوں پہلا پہلا ہر بندہ دنیا داری چو تراش بنتے جان بھائی گل نہ بند کر کے مصیبت یار یار جو بٹھائے چیک کر ہر بندے کو start back
ਆਉਨੇ ਖਾਚ ਮਾਰੀ ਫਿਰ ਵੈਲਕਮ ਯਾਰ ਜਿਹੜਾ ਬੰਦਾ ਵੀ ਸਾਡੇ ਨਾਲ ਜੁੜਿਆ ਵੈਲਕਮ ਰਾਤੀ ਇੱਕ ਬੰਦਾ ਜੁੜਿਆ ਵਾ ਬਲਕਿ ਦੋ ਚਾਰ ਬੰਦੇ ਹੋ ਜਾਣ ਤੇ ਲਾਲਾ ਮੀਰ ਨੂੰ ਤੁਹਾਡੇ ਨਾਲ ਸਾਹਮਣੇ ਲਾਸਟ ਹੋ ਗਿਆ ਕੋਈ ਆਪਣੇ